ਬਟਾਲੇ ਦੇ ਲੋਕ ਜਿਹੜੇ ਨੇ ਲਾਗੇ ਜਾ ਕੇ ਪਿੰਡਾਂ ਦੇ ਵਾਟਰ ਕੂਲਰ ਲਏ ਨੇ, ਤਸਵੀਰ ਜ਼ਰੂਰ ਚਾਹਾਂਗਾ। ਉਹ ਜਿਹਨਾਂ ਨੂੰ ਬੋਤਲ ਨਹੀਂ ਲੱਭੀ ਉਹ ਘਰ ਤੋਂ ਵਾਟਰ ਕੂਲਰ ਲੈ ਕੇ ਆ ਗਏ ਨੇ, ਆਪਣੇ ਵਾਟਰ ਕੂਲਰ ਦੇ ਵਿੱਚ ਹੀ ਪੈਟਰੋਲ ਜਾਂ ਡੀਜ਼ਲ ਪਵਾ ਕੇ ਲੈ ਕੇ ਚੱਲੇ ਨੇ ਤਾਂ ਜੋ ਉਹਨਾਂ ਨੂੰ ਤੰਗੀ ਨਾ ਆਵੇ। ਵਾਟਰ ਕੂਲਰ ਕਿਉਂ ਲੈ ਕੇ ਆਏ? ਸਰ ਕੋਈ ਚੀਜ਼ ਨਹੀਂ ਲੱਭੀ ਕੀ ਕਰਨਾ, ਅਸੀਂ ਅੱਗੇ ਤਾਂ ਕਦੀ ਹਾਲਾਤ ਨਹੀਂ ਹੋਏ, ਪਹਿਲੀ ਵਾਰੀ ਹੋਏ ਤਾਂ ਲੈ ਕੇ ਆਏ ਹਾਂ, ਕੀ ਕਰ ਸਕਦੇ? ਕਾਫੀ ਰਸ਼ ਬਹੁਤ ਜ਼ਿਆਦਾ ਹੈ, ਲੋਕ ਜਿਹੜੇ 50 ਲਾ ਮੰਨਦੇ 500 ਦਾ ਬਾਰ ਬਾਰ ਤੇਲ ਪਾ ਰਹੇ ਨੇ, ਇੱਥੇ ਬਹੁਤ ਜ਼ਿਆਦਾ ਰਸ਼ ਆ ਰਿਹਾ। ਉਹਨਾਂ ਨੇ ਬੋਤਲਾਂ 'ਚ ਡੱਬਿਆਂ 'ਚ ਮਨਾਹੀ ਕੀਤੀ ਹੈ ਕਿ ਨਹੀਂ ਪਾਉਣਾ, ਤਾਂ ਹੁਣ ਲਗਾਤਾਰ ਬੋਤਲਾਂ ਡੱਬੇ ਲੋਕ ਬਾਲਟੀਆਂ ਲੈ ਕੇ ਆ ਰਹੇ ਆ, ਭਾਂਡੇ ਲੈ ਕੇ ਆ ਰਹੇ ਆ। ਕਾਫੀ ਇੱਦਾਂ ਲੱਗ ਰਿਹਾ ਕਿ ਇਹ ਨੋਟਬੰਦੀ ਵਾਲੇ ਹਾਲ ਹੋਇਆ ਪਿਆ ਆ, 2 ਘੰਟੇ ਹੋ ਗਏ ਖੜੇ, ਬਹੁਤ ਟਾਈਮ ਲੱਗਿਆ ਪੈਟਰੋਲ ਪਾਉਂਦੇ। 2 ਘੰਟੇ ਲਗਾਤਾਰ ਇਸੇ ਪੈਟਰੋਲ ਪੰਪ? ਹਾਂਜੀ ਹਾਂਜੀ ਹਾਂਜੀ। ਤੇ ਅੱਜ ਫਿਰ ਜ਼ਿਆਦਾ ਪਾਇਆ ਕਿ ਨਹੀਂ ਪਾਇਆ? ਨਹੀਂ ਪਵਾ ਲਿਆ, ਫੁੱਲ ਕਰ ਲਿਆ। ਬੋਲੀ ਕਰ ਲਈ ਹੈ, ਪਹਿਲਾਂ ਕਿੰਨੇ? ਪਹਿਲਾਂ 300 ਦਾ, ਹੁਣ 600 ਦਾ ਪਵਾ ਲਿਆ, ਫੁੱਲ ਕਰ ਲਿਆ। ਤੁਹਾਡੇ ਕੋਲ ਜਾਮ 'ਚ ਨਹੀਂ ਨਿਕਲਿਆ? 1 ਤੋਂ 1.5 ਘੰਟਾ ਹੋ ਗਿਆ ਭਾਅ ਜੀ ਇੱਥੇ ਜਾਮ 'ਚ, ਪਹਿਲਾਂ ਤਾਂ ਕਈ 100 ਕਰਾ ਪਾਈਦਾ ਸੀ, ਹੁਣ ਸਾਰੀ ਟੈਂਕੀ ਫੁੱਲ ਕਰਾਈ ਜੇ। ਫਿਰ ਪੁਰਾਣਾ ਦੌਰ ਹੀ ਆ ਗਿਆ ਵਾ ਕਰੋਨਾ ਵਾਲਾ, ਪਰ ਲੱਗਦਾ ਆਇਆ ਵਾ ਕਿ ਆਪਣਾ ਹੁਣ ਟਰੱਕ ਵਾਲਿਆਂ ਦਾ ਸਰਕਾਰ ਨੂੰ ਜਲਦੀ ਮਸਲਾ ਹੱਲ ਕਰ ਲੈਣਾ ਚਾਹੀਦਾ, ਲੋਕੀ ਨਹੀਂ ਤਾਂ ਇੱਕ ਦੇ ਉੱਪਰ ਚੜ੍ਹ ਚੜ੍ਹ ਕੇ ਪਵਾਉਂਦੇ ਪਏ, ਮਸਲਾ ਵੇਖਦੇ ਹੀ ਪਏ ਜੋ ਬਟਾਲੇ ਸ਼ਹਿਰ ਦਾ ਹਾਲ ਆ ਪਹਿਲਾਂ ਹੀ। ਕੋਈ ਅੱਧੀ ਨਹੀਂ ਕਰਾਉਂਦਾ ਪਿਆ, ਅੱਜ ਇਹੋ ਜਿਹੇ ਦਿਨ ਆ ਜਿਹੜੇ ਸਾਰੇ ਫੁੱਲ ਕਰਾਉਂਦੇ ਪਏ ਨੇ, ਕੋਈ ਨਹੀਂ 100 ਦਾ ਪਾ ਦੇ, 50 ਦਾ ਪਾ ਦੇ, ਨਾ ਕਿੰਨਾ ਭਾਜੀ ਫੁੱਲ ਕਰ ਦਿਓ, ਕਿੰਨਾ ਭਾਜੀ ਫੁੱਲ ਕਰ ਦਿਓ। ਬਟਾਲੇ ਦੇ ਲੋਕ ਜਿਹੜੇ ਨੇ ਲਾਗੇ ਜਾ ਕੇ ਪਿੰਡਾਂ ਦੇ ਵਾਟਰ ਕੂਲਰ ਲਏ ਨੇ, ਤਸਵੀਰ ਜ਼ਰੂਰ ਚਾਹਾਂਗਾ। ਉਹ ਜਿਹਨਾਂ ਨੂੰ ਬੋਤਲ ਨਹੀਂ ਲੱਭੀ ਉਹ ਘਰ ਤੋਂ ਵਾਟਰ ਕੂਲਰ ਲੈ ਕੇ ਆ ਗਏ ਨੇ, ਆਪਣੇ ਵਾਟਰ ਕੂਲਰ ਦੇ ਵਿੱਚ ਹੀ ਪੈਟਰੋਲ ਜਾਂ ਡੀਜ਼ਲ ਪਵਾ ਕੇ ਲੈ ਕੇ ਚੱਲੇ ਨੇ ਤਾਂ ਜੋ ਉਹਨਾਂ ਨੂੰ ਤੰਗੀ ਨਾ ਆਵੇ। ਵਾਟਰ ਕੂਲਰ ਕਿਉਂ ਲੈ ਕੇ ਆਏ? ਸਰ ਕੋਈ ਚੀਜ਼ ਨਹੀਂ ਲੱਭੀ ਕੀ ਕਰਨਾ, ਅਸੀਂ ਅੱਗੇ ਤਾਂ ਕਦੀ ਹਾਲਾਤ ਨਹੀਂ ਹੋਏ, ਪਹਿਲੀ ਵਾਰੀ ਹੋਏ ਤਾਂ ਲੈ ਕੇ ਆਏ ਹਾਂ, ਕੀ ਕਰ ਸਕਦੇ? ਕਾਫੀ ਰਸ਼ ਬਹੁਤ ਜ਼ਿਆਦਾ ਹੈ, ਲੋਕ ਜਿਹੜੇ 50 ਲਾ ਮੰਨਦੇ 500 ਦਾ ਬਾਰ ਬਾਰ ਤੇਲ ਪਾ ਰਹੇ ਨੇ, ਇੱਥੇ ਬਹੁਤ ਜ਼ਿਆਦਾ ਰਸ਼ ਆ ਰਿਹਾ ਹੈ। ਉਹਨਾਂ ਨੇ ਬੋਤਲਾਂ 'ਚ ਡੱਬਿਆਂ 'ਚ ਮਨਾਹੀ ਕੀਤੀ ਹੈ ਕਿ ਨਹੀਂ ਪਾਉਣਾ, ਤਾਂ ਹੁਣ ਲਗਾਤਾਰ ਬੋਤਲਾਂ ਡੱਬੇ ਲੋਕ ਬਾਲਟੀਆਂ ਲੈ ਕੇ ਆ ਰਹੇ ਆ, ਭਾਂਡੇ ਲੈ ਕੇ ਆ ਰਹੇ ਆ। ਕਾਫੀ ਇੱਦਾਂ ਲੱਗ ਰਿਹਾ ਕਿ ਇਹ ਨੋਟਬੰਦੀ ਵਾਲੇ ਹਾਲ ਹੋਇਆ ਪਿਆ ਆ, 2 ਘੰਟੇ ਹੋ ਗਏ ਖੜੇ, ਬਹੁਤ ਟਾਈਮ ਲੱਗਿਆ ਪੈਟਰੋਲ ਪਾਉਂਦੇ। 2 ਘੰਟੇ ਲਗਾਤਾਰ ਇਸੇ ਪੈਟਰੋਲ ਪੰਪ? ਹਾਂਜੀ ਹਾਂਜੀ ਹਾਂਜੀ। ਤੇ ਅੱਜ ਫਿਰ ਜ਼ਿਆਦਾ ਪਾਇਆ ਕਿ ਨਹੀਂ ਪਾਇਆ? ਨਹੀਂ ਪਵਾ ਲਿਆ, ਫੁੱਲ ਕਰ ਲਿਆ। ਬੋਲੀ ਕਰ ਲਈ ਹੈ, ਪਹਿਲਾਂ ਕਿੰਨੇ? ਪਹਿਲਾਂ 300 ਦਾ, ਹੁਣ 600 ਦਾ ਪਵਾ ਲਿਆ, ਫੁੱਲ ਕਰ ਲਿਆ। ਤੁਹਾਡੇ ਕੋਲ ਜਾਮ 'ਚ ਨਹੀਂ ਨਿਕਲਿਆ? 1 ਤੋਂ 1.5 ਘੰਟਾ ਹੋ ਗਿਆ ਭਾਅ ਜੀ ਇੱਥੇ ਜਾਮ 'ਚ, ਪਹਿਲਾਂ ਤਾਂ ਕਈ 100 ਕਰਾ ਪਾਈਦਾ ਸੀ, ਹੁਣ ਸਾਰੀ ਟੈਂਕੀ ਫੁੱਲ ਕਰਾਈ ਜੇ। ਫਿਰ ਪੁਰਾਣਾ ਦੌਰ ਹੀ ਆ ਗਿਆ ਵਾ ਕਰੋਨਾ ਵਾਲਾ, ਪਰ ਲੱਗਦਾ ਆਇਆ ਵਾ ਕਿ ਆਪਣਾ ਹੁਣ ਟਰੱਕ ਵਾਲਿਆਂ ਦਾ ਸਰਕਾਰ ਨੂੰ ਜਲਦੀ ਮਸਲਾ ਹੱਲ ਕਰ ਲੈਣਾ ਚਾਹੀਦਾ, ਲੋਕੀ ਨਹੀਂ ਤਾਂ ਇੱਕ ਦੇ ਉੱਪਰ ਚੜ੍ਹ ਚੜ੍ਹ ਕੇ ਪਵਾਉਂਦੇ ਪਏ, ਮਸਲਾ ਵੇਖਦੇ ਹੀ ਪਏ ਜੋ ਬਟਾਲੇ ਸ਼ਹਿਰ ਦਾ ਹਾਲ ਆ ਪਹਿਲਾਂ ਹੀ। ਕੋਈ ਅੱਧੀ ਨਹੀਂ ਕਰਾਉਂਦਾ ਪਿਆ, ਅੱਜ ਇਹੋ ਜਿਹੇ ਦਿਨ ਆ ਜਿਹੜੇ ਸਾਰੇ ਫੁੱਲ ਕਰਾਉਂਦੇ ਪਏ ਨੇ, ਕੋਈ ਨਹੀਂ 100 ਦਾ ਪਾ ਦੇ, 50 ਦਾ ਪਾ ਦੇ, ਨਾ ਕਿੰਨਾ ਭਾਜੀ ਫੁੱਲ ਕਰ ਦਿਓ, ਕਿੰਨਾ ਭਾਜੀ ਫੁੱਲ ਕਰ ਦਿਓ। ਬਟਾਲੇ ਦੇ ਲੋਕ ਜਿਹੜੇ ਨੇ ਲਾਗੇ ਜਾ ਕੇ ਪਿੰਡਾਂ ਦੇ ਵਾਟਰ ਕੂਲਰ ਲਏ ਨੇ, ਤਸਵੀਰ ਜ਼ਰੂਰ ਚਾਹਾਂਗਾ। ਉਹ ਜਿਹਨਾਂ ਨੂੰ ਬੋਤਲ ਨਹੀਂ ਲੱਭੀ ਉਹ ਘਰ ਤੋਂ ਵਾਟਰ ਕੂਲਰ ਲੈ ਕੇ ਆ ਗਏ ਨੇ, ਆਪਣੇ ਵਾਟਰ ਕੂਲਰ ਦੇ ਵਿੱਚ ਹੀ ਪੈਟਰੋਲ ਜਾਂ ਡੀਜ਼ਲ ਪਵਾ ਕੇ ਲੈ ਕੇ ਚੱਲੇ ਨੇ ਤਾਂ ਜੋ ਉਹਨਾਂ ਨੂੰ ਤੰਗੀ ਨਾ ਆਵੇ। ਵਾਟਰ ਕੂਲਰ ਕਿਉਂ ਲੈ ਕੇ ਆਏ? ਸਰ ਕੋਈ ਚੀਜ਼ ਨਹੀਂ ਲੱਭੀ ਕੀ ਕਰਨਾ, ਅਸੀਂ ਅੱਗੇ ਤਾਂ ਕਦੀ ਹਾਲਾਤ ਨਹੀਂ ਹੋਏ, ਪਹਿਲੀ ਵਾਰੀ ਹੋਏ ਤਾਂ ਲੈ ਕੇ ਆਏ ਹਾਂ, ਕੀ ਕਰ ਸਕਦੇ? ਕਾਫੀ ਰਸ਼ ਬਹੁਤ ਜ਼ਿਆਦਾ ਹੈ, ਲੋਕ ਜਿਹੜੇ 50 ਲਾ ਮੰਨਦੇ 500 ਦਾ ਬਾਰ ਬਾਰ ਤੇਲ ਪਾ ਰਹੇ ਨੇ, ਇੱਥੇ ਬਹੁਤ ਜ਼ਿਆਦਾ ਰਸ਼ ਆ ਰਿਹਾ ਹੈ। ਉਹਨਾਂ ਨੇ ਬੋਤਲਾਂ 'ਚ ਡੱਬਿਆਂ 'ਚ ਮਨਾਹੀ ਕੀਤੀ ਹੈ ਕਿ ਨਹੀਂ ਪਾਉਣਾ, ਤਾਂ ਹੁਣ ਲਗਾਤਾਰ ਬੋਤਲਾਂ ਡੱਬੇ ਲੋਕ ਬਾਲਟੀਆਂ ਲੈ ਕੇ ਆ ਰਹੇ ਆ, ਭਾਂਡੇ ਲੈ ਕੇ ਆ ਰਹੇ ਆ। ਕਾਫੀ ਇੱਦਾਂ ਲੱਗ ਰਿਹਾ ਕਿ ਇਹ ਨੋਟਬੰਦੀ ਵਾਲੇ ਹਾਲ ਹੋਇਆ ਪਿਆ ਆ, 2 ਘੰਟੇ ਹੋ ਗਏ ਖੜੇ, ਬਹੁਤ ਟਾਈਮ ਲੱਗਿਆ ਪੈਟਰੋਲ ਪਾਉਂਦੇ। 2 ਘੰਟੇ ਲਗਾਤਾਰ ਇਸੇ ਪੈਟਰੋਲ ਪੰਪ? ਹਾਂਜੀ ਹਾਂਜੀ ਹਾਂਜੀ। ਤੇ ਅੱਜ ਫਿਰ ਜ਼ਿਆਦਾ ਪਾਇਆ ਕਿ ਨਹੀਂ ਪਾਇਆ? ਨਹੀਂ ਪਵਾ ਲਿਆ, ਫੁੱਲ ਕਰ ਲਿਆ। ਬੋਲੀ ਕਰ ਲਈ ਹੈ, ਪਹਿਲਾਂ ਕਿੰਨੇ? ਪਹਿਲਾਂ 300 ਦਾ, ਹੁਣ 600 ਦਾ ਪਵਾ ਲਿਆ, ਫੁੱਲ ਕਰ ਲਿਆ। ਤੁਹਾਡੇ ਕੋਲ ਜਾਮ 'ਚ ਨਹੀਂ ਨਿਕਲਿਆ? 1 ਤੋਂ 1.5 ਘੰਟਾ ਹੋ ਗਿਆ ਭਾਅ ਜੀ ਇੱਥੇ ਜਾਮ 'ਚ, ਪਹਿਲਾਂ ਤਾਂ ਕਈ 100 ਕਰਾ ਪਾਈਦਾ ਸੀ, ਹੁਣ ਸਾਰੀ ਟੈਂਕੀ ਫੁੱਲ ਕਰਾਈ ਜੇ। ਫਿਰ ਪੁਰਾਣਾ ਦੌਰ ਹੀ ਆ ਗਿਆ ਵਾ ਕਰੋਨਾ ਵਾਲਾ,
ਪਰ ਲੱਗਦਾ ਆਇਆ ਵਾ ਕਿ ਆਪਣਾ ਹੁਣ ਟਰੱਕ ਵਾਲਿਆਂ ਦਾ ਸਰਕਾਰ ਨੂੰ ਜਲਦੀ ਮਸਲਾ ਹੱਲ ਕਰ ਲੈਣਾ ਚਾਹੀਦਾ ਲੋਕੀ, ਨਹੀਂ ਤਾਂ ਇੱਕ ਦੇ ਉੱਪਰ ਚੜ੍ਹ ਚੜ੍ਹ ਕੇ ਪਵਾਉਂਦੇ ਪਏ, ਮਸਲਾ ਵੇਖਦੇ ਹੀ ਪਏ ਜੋ ਬਟਾਲੇ ਸ਼ਹਿਰ ਦਾ ਹਾਲ ਆ ਪਹਿਲਾਂ ਹੀ। ਕੋਈ ਅੱਧੀ ਨਹੀਂ ਕਰਾਉਂਦਾ ਪਿਆ, ਅੱਜ ਇਹੋ ਜਿਹੇ ਦਿਨ ਨਾ ਜਿਹੜੇ ਸਾਰੇ ਫੁੱਲ ਕਰਾਉਂਦੇ ਪਏ ਨੇ, ਕੋਈ ਨਹੀਂ 100 ਦਾ ਪਾ ਦੇ, 50 ਦਾ ਪਾ ਦੇ, ਨਾ ਕਿੰਨਾ ਭਾਅ ਜੀ ਫੁੱਲ ਕਰ ਦਿਓ, ਕਿੰਨਾ ਭਾਅ ਜੀ ਫੁੱਲ ਕਰ ਦਿਓ।